ਅਪਲੋਡ ਕੀਤੀ ਹੋਈ ਹੈ ਉੱਤੇ ਪਰਚੀ ਕੰਡਾ ਵੀ ਹੈ ਕੰਪਿਊਟਰ ਕੰਡਾ ਡਿਜੀਟਲ ਇਹਨੂੰ ਜਿਹੜਾ ਹੈ ਨਾ ਸਹੀ ਕਰਾ ਕੇ ਅਤੇ ਇਹ ਕਣਕ ਜਿਹੜੀ ਹੈ ਨਾ ਇਹ ਮਾਰਕੀਟ ਦੇ ਵਿੱਚ ਨਵੀਂ ਆਈ ਹੈ ਅਤੇ ਇਹ ਜਿਹੜੀ ਹੈ ਨਾ ਨਵੀਂ ਕਣਕ ਹੈਗੀ ਹੈ ਬਿਹਤਰ ਹੋ ਜਾਏਗੀ ਠੀਕ ਕਰਾਵਾਂਗੇ ਨਵੀਂ ਰਖਾਵਾਂਗੇ ਅਤੇ ਫਿਰ ਜਿਹੜਾ ਹੈ ਨਾ ਇਨਸ਼ਾਅੱਲਾ ਸਲਫ 'ਤੇ ਕੰਮ ਚੱਲ ਜਾਏਗਾ ਅਤੇ ਹੁਣ 10-15 ਦਿਨ ਇਸ ਤਰ੍ਹਾਂ ਹੀ ਗੁਜ਼ਾਰਾ ਕਰਦੇ ਹਾਂ ਗਰਮ ਹੋ ਗਈ ਸੀ ਕਿਉਂਕਿ ਸ਼ਹਿਰੋਂ ਨਿਕਲਿਆ ਤਾਂ ਬ੍ਰੇਕ ਕਿਤੇ ਵੀ ਨਹੀਂ ਲਾਈ ਅਤੇ ਇਹ ਹੈ ਦਰਬਾਰ ਬਣਿਆ ਹੋਇਆ ਕਬਰਸਤਾਨ ਦੇ ਵਿੱਚ ਜਾਂ ਕਿਸੇ ਪੀੜ ਦੀ ਮੇਰੇ ਖਿਆਲ ਕਬਰ ਹੈ ਜਿੱਦਾਂ ਝੰਡੇ ਵਗੈਰਾ ਲੱਗੇ ਹੋਏ ਨੇ ਅਤੇ ਅਸੀਂ ਨਾ ਹੁਣ ਸ਼ਹਿਰ ਦੇ ਵਿੱਚੋਂ ਨਿਕਲ ਕੇ ਅਤੇ ਆਪਣਾ ਸਫ਼ਰ ਜਿਹੜਾ ਹੈ 62 ਵਾਲੀ ਪੁਲੀ ਤੋਂ ਸ਼ੁਰੂ ਕਰ ਦਿੱਤਾ ਹੈਗਾ ਇਹ ਹੈ ਜੀ 62 ਵਾਲੀ ਪੁਲੀ ਛੋਨਾ ਵਾਲਾ ਰੋਡ ਦੇ ਉੱਤੇ ਸਾਡਾ ਸਫ਼ਰ ਜਿਹੜਾ ਹੈ ਸ਼ੁਰੂ ਹੈਗਾ ਜੀ ਅਸਲਾਮ ਵਾਲੇਕੁਮ ਮੈਂ ਹਾਂ ਤੁਹਾਡਾ ਆਪਣਾ ਮੁਹੰਮਦ ਇਕਬਾਲ ਅਤੇ ਤੁਸੀਂ ਦੇਖ ਰਹੇ ਜੇ ਸਾਡਾ ਚੈਨਲ ਇਕਬਾਲ ਗੁੱਜਰ ਵਲੋਗ ਅਤੇ ਅੱਜ ਜਿਹੜਾ ਹੈ ਸਾਡਾ ਟਰੈਵਲ ਵਲੋਗ ਹੈ ਅਤੇ ਅਸੀਂ 15 ਦਿਨ ਪਹਿਲੇ ਇਸੇ ਪਿੰਡ 'ਚ ਗਏ ਸੀਗੇ ਜਿੱਥੇ ਅਸੀਂ ਅੱਜ ਜਾ ਰਹੇ ਹਾਂ ਅਤੇ ਕੰਮ ਜਿਹੜੇ ਹੈ ਨਾ ਬਿਲਕੁਲ ਨਾ ਹੋਣ ਦੇ ਬਰਾਬਰ ਨੇ ਕਾਫੀ ਦਿਨ ਹੋ ਗਏ ਸੀ ਕੋਈ ਐਡਾ ਖਾਸ ਕੰਮ ਨਹੀਂ ਸਾਨੂੰ ਮਿਲਿਆ ਅਤੇ ਅੱਜ ਜਿਹੜਾ ਹੈ ਨਾ ਸਾਨੂੰ ਚੱਕਰ ਮਿਲਿਆ ਹੈ ਜੀ ਇਹਦੇ ਉੱਤੇ ਅਸੀਂ ਜਿਹੜਾ ਹੈ ਨਾ ਗੰਦਮ ਲੋਡ ਕੀਤੀ ਹੋਈ ਹੈ ਉੱਤੇ ਪਰਚੀ ਕੰਡਾ ਵੀ ਹੈ ਕੰਪਿਊਟਰ ਕੰਡਾ ਡਿਜੀਟਲ ਇਹਨੂੰ ਜਿਹੜਾ ਹੈ ਨਾ ਸਹੀ ਕਰਾ ਕੇ ਅਤੇ ਇਹ ਕਣਕ ਜਿਹੜੀ ਹੈ ਨਾ ਇਹ ਮਾਰਕੀਟ ਦੇ ਵਿੱਚ ਨਵੀਂ ਆਈ ਹੈ ਅਤੇ ਇਹ ਜਿਹੜੀ ਹੈ ਨਾ ਨਵੀਂ ਕਣਕ ਹੈਗੀ ਹੈ ਅਤੇ ਇਹਨੂੰ ਅਸੀਂ ਹੁਣ ਲੈ ਕੇ ਜਾ ਰਹੇ ਹਾਂ 81 ਫਤਿਹ ਟ੍ਰਿਵਲ ਬਾਈ ਰਕਸ਼ਾ ਫਰੋਮ ਹਾਸਲਪੁਰ ਤੋਂ 81 ਫਤਿਹ ਅੱਗੇ ਵੀ ਮੇਰੀ 1-2 ਵੀਡੀਓਜ਼ ਬਣੀਆਂ ਹੋਈਆਂ ਨੇ ਅਤੇ ਇਸ ਪਿੰਡ ਦੇ ਲੇਕਿਨ ਤੁਹਾਨੂੰ ਪਤਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਰੂਟੀਨ ਹੈ ਨਾ ਉਹ ਆਪਣੀ ਵਾਈਟੀ ਫੈਮਲੀ ਨਾਲ ਆਪਣੇ ਦੋਸਤਾਂ ਨਾਲ ਸਾਰੇ ਨਾਲ ਮੈਂ ਸ਼ੇਅਰ ਕਰਦਾ ਰਹਾਂ ਅੱਜ ਦੀ ਜਿਹੜੀ ਰੂਟੀਨ ਹੁੰਦੀ ਕੀ ਹੋਇਆ ਜੇ ਉਸੇ ਪਿੰਡ ਜਾ ਰਹੇ ਹਾਂ ਫਿਰ ਵੀ ਜਿਹੜਾ ਹੈ ਨਾ ਅਸੀਂ ਆਪਣੀ ਰੂਟੀਨ ਦੇ ਮੁਤਾਬਕ ਆਪਣਾ ਵਲੋਗ ਜਿਹੜਾ ਹੈ ਆਪਣੀ ਵਾਈਟੀ ਫੈਮਲੀ ਵਾਸਤੇ ਰਿਕਾਰਡ ਕਰ ਰਹੇ ਹੈਗੇ ਹਾਂ ਅਤੇ ਇਹ ਜਿਹੜਾ ਸਫ਼ਰ ਹੈ ਨਾ ਇਹ ਹੈ ਜੀ ਛੋਨਾ ਵਾਲਾ ਰੋਡ ਅਤੇ ਇਹ ਸਾਈਡ 'ਤੇ ਸਿਟੀ ਹਾਸਲਪੁਰ ਅਤੇ ਅਸੀਂ ਹੁਣ ਆਪਣੀ ਜਿਹੜਾ ਹੈ ਗੱਡੀ ਨੂੰ ਕਰਦੇ ਹੈਗੇ ਜੀ ਸਟਾਰਟ ਸਾਡੇ ਰਕਸ਼ੇ ਦਾ ਨਾ ਜਿਹੜਾ ਸਲਫ ਥੋੜ੍ਹਾ ਜਿਹਾ ਮਸਲਾ ਕਰ ਗਿਆ ਬੈਟਰੀ ਲੱਗਦਾ ਖਰਾਬ ਹੋ ਗਈ ਹੈ ਹੁਣ ਸਾਨੂੰ ਮਾਰਨੀ ਪੈ ਰਹੀ ਜੀ ਕਿ ਇੱਕ ਅਤੇ ਅਸੀਂ ਆਪਣੀ ਗੱਡੀ ਨੂੰ ਹੁਣ ਕਰ ਲਿਆ ਜੀ ਸਟਾਰਟ ਆਪਣਾ ਜਿਹੜਾ ਸਫ਼ਰ ਸ਼ੁਰੂ ਕਰਦੇ ਹਾਂ ਦੁਆ ਕਰਿਆ ਜੇ ਕਿ ਇਕਬਾਲ ਗੁੱਜਰ ਖੈਰੀਅਤ ਨਾਲ ਆਪਣੀ ਮੰਜ਼ਿਲ ਮਕਸੂਦ ਉੱਤੇ ਪਹੁੰਚ ਜਾਵੇ ਅਸੀਂ ਜਾ ਰਹੇ ਹੈਗੇ ਹਾਂ ਜੀ 75 ਮੋੜ ਤੋਂ 81 ਫਤਿਹ ਨੂੰ ਜਿਹੜੀ ਸੜਕ ਨਿਕਲਦੀ ਉਹਦੇ 'ਤੇ ਜਾਣਾ ਹੈਗਾ ਰਸਤੇ ਦੇ ਵਿੱਚ ਅੱਗੇ ਵੀ ਤੁਹਾਨੂੰ ਸਟਾਪ ਦਿੱਤਾ ਨੰਬਰ 20 ਦਾ ਅੱਜ ਫਿਰ ਜਿਹੜਾ ਹੈ ਤੁਹਾਡੇ ਨਾਲ ਲਾਵਾਂਗੇ ਗੱਪ ਚੱਪ ਜਿਹੜੇ ਵੀ ਰਸਤੇ ਦੇ ਵਿੱਚ ਤੁਸੀਂ ਆਉਣਗੇ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਰਹੋ ਤੁਸੀਂ ਸਾਡੇ ਨਾਲ ਅੱਛਾ ਅਸੀਂ ਨਾ ਆਪਣੇ ਵਾਅਦੇ ਦੇ ਮੁਤਾਬਕ ਜਿਹੜਾ ਹੈ ਅਸੀਂ ਤੁਹਾਨੂੰ ਕਿਹਾ ਸੀ ਕਿ ਅਸੀਂ ਹਰ ਪਿੰਡ ਦਾ ਤੁਹਾਨੂੰ ਖੂਬਸੂਰਤ ਨਜ਼ਾਰਾ ਦਿਖਾਵਾਂਗੇ ਤੋ ਤੁਹਾਨੂੰ ਨਾਲ ਨਾਲ ਦੱਸਦੇ ਜਾਵਾਂਗੇ ਕਿ ਅਸੀਂ ਕਿਹੜੀ ਜਗ੍ਹਾ 'ਤੇ ਹੈਗੇ ਹਾਂ ਇਹ ਹੈ ਜੀ ਚੌਟ ਫਤਿਹ ਚੌਟ ਫਤਿਹ ਨਾ ਅੱਗੇ ਕ੍ਰਾਸ ਕਰੀਏ ਅਤੇ ਨਾਲ ਹੀ ਆ ਜਾਂਦੀ ਹੈ ਜੀ ਫਤਿਹ ਪੁੱਲ ਦਾ ਇਹ ਜਿਹੜਾ ਹੈ ਨਾ ਕਣਕ ਦਾ ਸੈਂਟਰ ਲੱਗਦਾ ਗੌਰਮੈਂਟ ਦੇ ਗੱਲੇ ਨੇ ਅਤੇ ਅੱਧ ਨਾਲ ਜ਼ਿਆਦਾ ਜਿਹੜਾ ਹੈ ਨਾ ਚੱਕੇ ਗਏ ਨੇ ਬਾਕੀ ਕੁਝ ਬਾਕੀ ਹੈ ਅਤੇ ਨਵੇਂ ਦੀ ਭਰਤੀ ਜਿਹੜੀ ਹੈ ਸ਼ੁਰੂ ਹੈ ਕਾਫੀ ਸਫ਼ਰ ਕਰਨ ਤੋਂ ਬਾਅਦ ਅਤੇ ਅਸੀਂ ਪਹੁੰਚੇ ਹੈਗੇ ਹਾਂ ਜੀ 83 ਪਿੰਡ ਹੈ ਜੀ 75 ਮੋੜ ਦੇ ਬਿਲਕੁਲ ਨਾਲ ਅਤੇ ਇਹ ਪਿੰਡ ਦਾ ਖੂਬਸੂਰਤ ਨਜ਼ਾਰਾ ਜੇ ਨਾਲ ਹੀ ਅੱਗੋਂ ਆ ਜਾਣਾ ਹੈ ਜੀ 75 ਮੋੜ ਇਹ ਆ ਗਿਆ ਜੀ 75 ਮੋੜ ਜਿੱਥੇ ਜਿਹੜਾ ਹੈ ਨਾ ਟਰਾਲਾ ਲੋਹੇ ਵਾਲਾ ਉਤਰਦਾ ਪਿਆ ਅਤੇ ਇੱਥੋਂ ਨਾ ਅਸੀਂ ਸੱਜੀ ਸਾਈਡ 'ਤੇ ਟਰਨ ਕਰਨਾ ਹੈ ਜੀ 76 75 74 78 ਇਹਨਾਂ ਪਿੰਡਾਂ ਨੂੰ ਸੜਕ ਜਾਂਦੀ ਹੈ ਅਤੇ ਅਸੀਂ ਜਿਹੜਾ ਜਾਣਾ ਹੈ ਨਾ ਇੱਥੋਂ ਮੁੜ ਕੇ ਅਤੇ ਜਾਣਾ ਹੈ ਜੀ 81 ਫਤਿਹ ਤੁਹਾਨੂੰ ਪਤਾ ਹੈ ਕਿ ਅੱਗੇ ਵੀ ਮੈਂ ਇਸ ਰੂਟ ਦੇ ਉੱਤੇ ਜਾਂਦਾ ਰਹਿੰਦਾ ਵਾਂ ਤੁਹਾਡੇ ਨਾਲ ਅੱਗੇ ਵੀ ਇੱਕ ਦਫ਼ਾ ਮੈਂ ਜੀ ਇੱਥੇ ਰੁਕਿਆ ਸੀਗਾ ਕੋਈ 10 ਮਿੰਟ ਦੀ ਬ੍ਰੇਕ ਲਾਈਏ ਇਹ ਪਿੰਡ ਜਿਹੜਾ ਹੈ ਨਾ ਸਾਹਮਣੇ ਤੁਹਾਨੂੰ ਨਜ਼ਰ ਆਉਂਦਾ ਅੱਗੇ ਤਾਂ ਤਵਾਰ ਆ ਗਈ ਹੈ ਇਹ ਜਿਹੜਾ ਪਿੰਡ ਤੁਹਾਨੂੰ ਨਜ਼ਰ ਆ ਰਿਹਾ ਨਾ ਇਹ ਹੈ 79 ਫਤਿਹ ਅਤੇ ਇੱਥੇ ਮੈਂ ਬ੍ਰੇਕ ਲਾਈ ਹੈ ਗੱਡੀ ਥੋੜ੍ਹਾ ਜਿਹਾ ਨਾ ਗਰਮ ਹੋ ਗਈ ਸੀ ਕਿਉਂਕਿ ਸ਼ਹਿਰੋਂ ਨਿਕਲਿਆ ਤਾਂ ਬ੍ਰੇਕ ਕਿਤੇ ਵੀ ਨਹੀਂ ਲਾਈ ਅਤੇ ਇਹ ਹੈ ਦਰਬਾਰ ਬਣਿਆ ਹੋਇਆ ਕਬਰਸਤਾਨ ਦੇ ਵਿੱਚ ਜਾਂ ਕਿਸੇ ਪੀੜ ਦੀ ਮੇਰੇ ਖਿਆਲ ਕਬਰ ਹੈ ਜਿੱਦਾਂ ਝੰਡੇ ਵਗੈਰਾ ਲੱਗੇ ਹੋਏ ਨੇ ਅਤੇ ਇੱਥੇ ਹੁਣ ਕੋਈ 10 ਮਿੰਟ ਦੀ ਬ੍ਰੇਕ ਲਾਉਂਦੇ ਹਾਂ ਉਸ ਤੋਂ ਬਾਅਦ ਜਿਹੜਾ ਹੈ ਨਾ ਆਪਣਾ ਅਸੀਂ ਸਫ਼ਰ ਸ਼ੁਰੂ ਕਰਦੇ ਹਾਂ ਹੁਣ ਟਾਇਰ ਸ਼ਾਇਰ ਜਿਹੜਾ ਹੈ ਨਾ ਚੈੱਕ ਕਰਦੇ ਹਾਂ ਤਸੱਲੀ ਦੇ ਨਾਲ ਕਿਉਂਕਿ ਹੁਣ ਜਿਹੜਾ ਗਰਮੀ ਹੈ ਨਾ ਸ਼ੁਰੂ ਹੋ ਗਈ ਹੈ ਅਤੇ ਫਿਰ ਇਸ ਕਰਕੇ ਟਾਇਰ ਵੀ ਜਿਹੜਾ ਹੈ ਨਾ ਕਾਫੀ ਗਰਮ ਹੋ ਜਾਂਦੇ ਨੇ ਇੰਜਣ ਵੀ ਜਿਹੜਾ ਹੈ ਸੇਕ ਕੇ ਮਾਰੀ ਜਾਂਦਾ ਕੋਲ ਹੱਥ ਵੀ ਨਹੀਂ ਕੀਤਾ ਜਾਂਦਾ ਅਤੇ ਇਸ ਕਰਕੇ ਨਾ ਕਾਫੀ ਜਿਹੜਾ ਹੈ ਪਰੇਸ਼ਾਨੀਆਂ ਬਣਦੀਆਂ ਨੇ ਪਹਿਲੇ ਮੌਸਮ ਜਿਹੜਾ ਹੈ ਸੀ ਨਾ ਉਹ ਠੰਡਾ ਸੀਗਾ ਅਤੇ ਇਸ ਕਰਕੇ ਹੁਣ ਗਰਮੀ ਸ਼ੁਰੂ ਹੋ ਗਈ ਹੈ
ਤੇ ਹੁਣ ਸਾਨੂੰ ਕਮ ਪਏ 15-20 ਕਿਲੋਮੀਟਰ ਤੋਂ ਬਾਅਦ ਜਿਹੜਾ ਹੈ ਨਾ 5-7 ਮਿੰਟ ਬ੍ਰੇਕ ਲਾਣੀ ਪਿਆ ਕਰਨੀ ਹੈ। ਸਾਡੀ ਮਜਬੂਰੀ ਹੋ ਜਾਣੀ ਕਿਉਂਕਿ ਗਰਮੀ ਹੈ ਨਾ, ਇਹਦੇ ਵਿੱਚ ਟਰਾਂਸਪੋਰਟ ਰਕਸ਼ਾ ਵਗੈਰਾ ਟਾਇਰ ਵਗੈਰਾ ਜਿਹੜਾ ਹੈ ਨਾ ਕਾਫੀ ਜ਼ਿਆਦਾ ਗਰਮ ਹੋ ਜਾਂਦੇ ਨੇ। ਤੇ ਕਣਕ ਦਾ ਜਿਹੜਾ ਮੌਸਮ ਹੈ ਨਾ, ਕਟਾਈ ਦੇ ਅਨ ਕਰੀਬ ਹੈ। ਔਰ ਜਿਹੜਾ ਅੱਜ ਮੈਨੂੰ ਇੱਕ ਵੀਡੀਓ ਵੇਖਣ ਨੂੰ ਮਿਲੀ ਹੈ, 94 ਮੁਰਾਦ ਦੇ ਵਿੱਚ ਨਾ ਰੈਪਰ ਅੱਜ ਜਿਹੜਾ ਹੈ ਚੱਲ ਗਈ ਹੈ, ਕਿਉਂਕਿ ਕਣਕ ਦੀ ਕਟਾਈ ਇਸ ਇਲਾਕੇ ਦੇ ਵਿੱਚ ਤਹਿਸੀਲ ਹਾਸਲਪੁਰ ਦੇ ਵਿੱਚ ਸ਼ੁਰੂ ਹੋ ਗਈ ਹੈ। ਅਤੇ ਅਨ ਕਰੀਬ ਆ ਤੁਸੀਂ ਕਣਕ ਵੇਖ ਰਹੇ ਜੇ, ਰੰਗ ਬਦਲਿਆ ਹੋਇਆ ਕਣਕ ਨੇ। ਅਤੇ ਇਹਦੀ ਵੀ ਹੋਰ ਨਾ ਤਾਂ 5-7 ਦਿਨਾਂ ਬਾਅਦ ਕਟਾਈ ਜਿਹੜੀ ਇਹਦੀ ਵੀ ਸ਼ੁਰੂ ਹੋ ਜਾਣੀ ਹੈ। ਇਹ ਸਾਈਡ ਹੈ ਜੀ 75 ਮੋੜ, ਅਤੇ ਇਹ ਸਾਈਡ 81 ਫਤਿਹ 94 95 98, ਯਾਨੀ ਇਹ ਪਿੰਡ ਆਉਂਦੇ ਨੇ ਮੁਰਾਦ। ਕਾਫੀ ਦੇਰ ਅਸੀਂ ਹੁਣ ਇੱਥੇ ਰੁਕੇ ਰਹੇ ਹਾਂ, ਤਕਰੀਬਨ ਕੋਈ 10 ਤੋਂ 15 ਮਿੰਟ ਜਿਹੜਾ ਹੈ ਨਾ ਅਸੀਂ ਇੱਥੇ ਰੁਕੇ ਹਾਂ। ਹੁਣ ਆਪਣੀ ਜਿਹੜਾ ਹੈ ਨਾ ਗੱਡੀ ਨੂੰ ਸਟਾਰਟ ਕਰਦੇ ਹਾਂ, ਆਪਣਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਕਰਦੇ ਹਾਂ। ਅਤੇ ਦੁਆ ਕਰਿਆ ਜੇ ਅੱਗੇ ਜਿਹੜਾ ਹੈ ਨਾ ਟੁੱਟਿਆ ਹੋਇਆ ਰਸਤਾ ਇੱਕ ਮਾਰ ਕੇ ਅਸੀਂ ਜਿਹੜਾ ਸਟਾਰਟ ਕਰ ਲਈ। ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡਾ ਜਿਹੜਾ ਹੈ ਨਾ ਬੈਟਰੀ ਦਾ ਮਸਲਾ ਹੈ, ਥੋੜ੍ਹਾ ਜਿਹਾ ਤੰਗ ਕਰ ਰਹੀ ਹੈ। ਤੋ ਇਨਸ਼ਾਅੱਲਾ ਹੁਣ ਬਿਹਤਰ ਹੋ ਜਾਏਗੀ, ਠੀਕ ਕਰਾਵਾਂਗੇ, ਨਵੀਂ ਰਖਾਵਾਂਗੇ, ਅਤੇ ਫਿਰ ਜਿਹੜਾ ਹੈ ਨਾ ਇਨਸ਼ਾਅੱਲਾ ਸਲਫ 'ਤੇ ਕੰਮ ਚੱਲ ਜਾਏਗਾ। ਅਤੇ ਹੁਣ 10-15 ਦਿਨ ਇਸ ਤਰ੍ਹਾਂ ਹੀ ਗੁਜ਼ਾਰਾ ਕਰਦੇ ਹਾਂ। ਅਤੇ ਹੁਣ ਅਸੀਂ ਤੁਹਾਨੂੰ ਚੱਲ ਕੇ ਲੈ ਚੱਲਦੇ ਹਾਂ 81 ਫਤਿਹ ਪਿੰਡ। ਆਹ ਜਿਹੜਾ ਹੈ ਨਾ ਏਰੀਆ 79 ਫਤਿਹ ਕ੍ਰਾਸ ਕਰੀਏ ਤਾਂ ਬਹੁਤ ਰੋਡ ਜ਼ਿਆਦਾ ਜਿਹੜਾ ਹੈ ਨਾ ਟੁੱਟਿਆ ਹੋਇਆ ਆਉਂਦਾ। ਆਹ ਤਾਂ ਹੈ ਜੀ ਰੋਡ ਦੀ ਕੰਡੀਸ਼ਨ, ਅੱਗੇ ਵੀ ਮੈਂ ਤੁਹਾਡੇ ਨਾਲ 2-3 ਦਫ਼ਾ ਇਸੇ ਰੋਡ ਦੀ ਕੰਡੀਸ਼ਨ ਜਿਹੜੀ ਹੈ ਸ਼ੇਅਰ ਕੀਤੀ ਹੈ। ਵੇਖੋ ਕਿੰਨਾ ਟੁੱਟਿਆ ਹੋਇਆ ਰਸਤਾ ਹੈ, ਅਤੇ ਬਹੁਤ ਜ਼ਿਆਦਾ ਇਸ ਟਾਈਮ ਇੱਥੇ ਖਤਰੇ ਵਾਲਾ ਕੰਮ ਹੁੰਦਾ, ਕਿਉਂਕਿ ਨਫ਼ਾ ਨੁਕਸਾਨ ਗੱਡੀ ਦੇ ਨਾਲ ਹੈ। ਅਤੇ ਰੋਡ ਜਿਹੜਾ ਹੈ ਨਾ ਬਹੁਤ ਜ਼ਿਆਦਾ ਟੁੱਟਿਆ ਹੋਇਆ। ਅਤੇ ਮੈਂ ਕਿਉਂ ਆਪਣੀ ਵਾਈਫ ਦੀ ਫੈਮਿਲੀ ਨਾਲ ਸ਼ੇਅਰ ਕਰਦੇ ਹਾਂ ਕਿ ਅਸੀਂ ਕਿੱਦਾਂ ਦੇ ਰਸਤਿਆਂ ਦੇ ਉੱਤੋਂ ਗੁਜ਼ਰ ਕੇ ਅਤੇ ਪਿੰਡਾਂ ਦੇ ਵਿੱਚ ਜਾਂਦੇ ਹਾਂ। ਸਾਡਾ ਸਫ਼ਰ ਜੀ ਹੋਇਆ ਮੁਕੰਮਲ, ਅਸੀਂ ਪਹੁੰਚ ਆਏ ਹਾਂ 81 ਫਤਿਹ ਪਿੰਡ। ਇਹ ਪਿੰਡ ਦੀ ਨੁੱਕਰ 'ਤੇ ਟੁੱਬਾ ਆ ਜਾਂਦਾ ਪਿੰਡ ਸ਼ੁਰੂ ਹੁੰਦਿਆਂ ਨਾਲ ਹੀ। ਅਤੇ ਅਸੀਂ ਜਿਹੜਾ ਹੈ ਨਾ ਉਤਰਨਾ ਹੈ 2 ਨੰਬਰ ਗਲੀ ਦੇ ਵਿੱਚ ਜਾਣਾ। ਇੱਥੇ ਜਿਹੜੀ ਕਣਕ ਅਸੀਂ ਲੋਡ ਕੀਤੀ ਹੋਈ ਹੈ ਅਤੇ ਉਹ ਅਸੀਂ ਨਾ ਕਣਕ ਇੱਥੇ ਉਤਾਰਨੀ ਹੈ ਜੀ। ਇੱਥੇ ਹੈ ਭਾਈ ਅਬਾਸ ਦੀ ਚੱਕੀ, ਇਹ ਸਾਹਮਣੇ ਰਕਸ਼ਾ ਖਲੋਤਾ, ਇਹਦੇ ਨਾਲ ਹੀ ਚੱਕੀ ਹੈ।